ਸਤਿ ਸ਼੍ਰੀ ਅਕਾਲ ਜੀ, ਅਸੀਂ ਨਿਕਲੇ ਸੀਗੇ ਘਰ ਤੋਂ ਅਤੇ ਅੱਜ ਅਸੀਂ ਚੱਲੇ ਹਾਂ ਟ੍ਰਿਪ 'ਤੇ ਅਤੇ ਸਾਡੇ ਨਾਲ ਹੈ ਸੰਧੂ ਸਾਹਿਬ ਅਤੇ ਅਸੀਂ ਤਿੰਨੋਂ ਨਿਕਲੇ ਸੀਗੇ ਘਰ ਤੋਂ। ਪਲੈਨਿੰਗ ਤਾਂ ਅਸੀਂ ਕਾਫੀ ਜਣਿਆਂ ਨੇ ਕੀਤੀ ਸੀ, ਬਟ ਚਲੋ ਕੋਈ ਨਹੀਂ, ਅਸੀਂ ਤਿੰਨੋਂ ਆ ਗਏ। ਫਿਰ ਟ੍ਰਿਪ ਹੈਗਾ ਸਾਡਾ ਜੈਪੁਰ ਦਾ ਅਤੇ ਹਲੇ ਅਸੀਂ ਪਿੰਡ ਤੋਂ ਹੁਣੇ ਹੁਣੇ ਨਿਕਲੇ ਹਾਂ। ਸੋ ਕਿੰਨੇ ਵਜੇ ਤੱਕ ਪਹੁੰਚ ਜਾਓਗੇ ਆਪਾਂ? 8-9 ਵਜੇ ਤੱਕ ਅਸੀਂ ਪਹੁੰਚ ਜਾਵਾਂਗੇ। ਚਲੋ, ਹੋਪ ਤੁਸੀਂ ਸਾਰੇ ਇੰਜੋਏ ਕਰੋਗੇ ਇਹ ਵਲੌਗ। ਸੋ ਹੁਣ ਆਪਾਂ ਰੁਕੇ ਹੈ ਇੱਕ ਢਾਬੇ 'ਤੇ, ਇਹ ਸ਼ੰਭੂ ਦੇ ਕੋਲ ਹੈ। ਵੇ ਕੁਛ ਲੈ ਲਈਏ, ਲੇਜ਼ ਕੁਰਕਰੇ ਖਾਂਦੇ ਜਾਓਗੇ, ਟ੍ਰਿਪ ਇੰਜੋਏ ਕਰਦੇ ਜਾਓਗੇ। ਅਤੇ ਕਿੰਨੀ ਕੁ ਠੰਡ ਹੈ? ਫਿਰ ਟੋਪੀ ਤੇ ਅੱਜ ਬਰਫ ਪਈ ਸੀ, ਅੱਜ ਵਿੱਚ ਪਾਉਂਗੇ ਅਸੀਂ ਵੀਡੀਓ 'ਚ। ਅਸੀਂ ਸੁਹਾਣੇ ਗਏ ਤੇ ਬਰਫ ਇੰਨੀ ਸੋਹਣੀ ਲੱਗ ਰਹੀ ਸੀ, ਪਈ ਹੋਈ ਔਲੇ ਪਏ ਔਲੇ ਅੱਜ। ਤੇ ਇੱਧਰ ਥੋੜਾ ਮੋਟਾ ਸਮਾਨ ਹੈ, ਬਾਕੀ ਇੱਕ ਬੈਗ ਇਹਦੀ ਵੀ ਤੁਹਾਨੂੰ ਵੀਡੀਓ ਜਲਦੀ ਮਿਲੂਗੀ ਦੇਖਣ ਨੂੰ, ਸੋਹਣੀ ਸੋਹਣੀਆਂ ਵੀਡੀਓ। ਕਮੈਂਟ ਕਰਿਓ ਤੇ ਹੋਰ, ਬਾਕੀ ਅਸੀਂ ਇੱਕ ਟੈਬ ਚੱਕ ਲਿਆ ਆਪਣਾ ਜਿਹਦੇ ਵਿੱਚ ਅਸੀਂ ਲੂਡੋ ਖੇਲੂਗੇ, ਜਿੱਥੇ ਅਸੀਂ ਵਿਹਲੇ ਬੈਠ ਗਏ ਥੱਕ ਗਏ, ਮਾਇੰਡ ਫਰੈਸ਼ ਹੋ ਜੂਗਾ। ਅਤੇ ਅਸੀਂ ਸਾਨੂੰ ਲੱਗੂਗਾ ਟਾਈਮ 8:17 'ਚ ਪਹੁੰਚ ਜੂਗੇ ਅਸੀਂ, ਮਤਲਬ 8:18 'ਤੇ ਅਸੀਂ ਉੱਥੇ ਪਹੁੰਚ। ਸੰਧੂ ਸਾਹਿਬ ਦੀ ਉਡੀਕ ਕਰਦੇ ਕਰਦੇ ਅਸੀਂ ਥੱਕ ਗਏ, ਹੁਣ ਆਏ ਨਹੀਂ ਪਤਾ ਕਿਆ ਕਿਆ ਲੈ ਕੇ ਆਊਗਾ ਉਹ। ਵੈਸੇ ਸਾਡਾ ਪਲੈਨ 5 ਜਣਿਆਂ ਦਾ, ਫਿਰ 5 ਮਾਤੇ ਰਹਿ ਗਏ ਹਮੇ 3, ਫਿਰ ਅਸੀਂ ਐਂ ਸੋਚਿਆ ਵੀ ਚੱਲ ਹੁਣ ਘਰਾਂ ਨਿਕਲ ਗਏ, ਸਮਾਨ ਅਸੀਂ ਪੈਕ ਕਰ ਲਿਆ ਦਾ, ਵੀ ਰੁਕਣਾ ਕਿਉਂ, ਆਪਣਾ ਖਿੱਚ ਦਿੰਦੇ ਹਾਂ ਗੱਡੀ। ਫਿਰ ਅਸੀਂ ਸ਼ਾਇਦ ਗਵਾਲੀਅਰ ਵੀ ਜਾਊਂਗੇ, ਹੈ ਨਾ ਸੋਚ ਹੈ, ਮਤਲਬ ਸਾਡੀ ਗਵਾਲੀਅਰ ਵੀ ਦੇਖੂਗੇ, ਜੋਧਪੁਰ ਵੀ ਦੇਖ ਸਕਦੇ ਹਾਂ, ਆਗਰਾ ਵੀ ਦੇਖ ਸਕਦੇ ਹਾਂ, ਨਹੀਂ ਪਤਾ ਕਿੱਥੇ ਜਾਣਾ। 3-4 ਜਗ੍ਹਾ ਦਾ ਹਲੇ ਪਲੈਨ ਹੈ, ਬਾਕੀ ਬੈਠ ਕੇ ਅਸੀਂ ਡਿਸਾਈਡ ਨਹੀਂ ਕਰਿਆ। ਪਹਿਲਾਂ ਅਸੀਂ ਜੈਪੁਰ ਤਾਂ ਪਹੁੰਚੀਏ, ਉਹ ਤੋਂ ਬਾਅਦ ਡਿਸਾਈਡ ਕਰ ਲਉਂਗੇ। ਸੰਧੂ ਸਾਹਿਬ ਪਤਾ ਨਹੀਂ ਕਿੱਥੇ ਰਹਿ ਗਏ, ਉਹ ਖੜੇ ਨੇ ਸੰਧੂ ਸਾਹਿਬ ਪੈਸੇ ਕਟਵਾਉਂਦੇ ਹੋਏ, ਇਹਨੇ ਖੰਘ ਦੀ ਦਵਾਈ ਲੈਣੀ ਹੈ ਹਲੇ। ਅਤੇ ਬਸ ਸਾਰਾ ਕੁਛ ਇੱਕ ਇੱਕ ਚੱਕ ਲਿਆ, ਹੈ ਨਾ ਰਮਨ, ਵਿਆਹ ਖਾ ਕੇ ਖੰਘ ਹੋ ਗਈ। ਉਹ ਦੇਖੋ ਸਮਾਨ ਪੂਰਾ ਬੈਗ ਭਰ ਕੇ ਬੰਦਾ ਸਾਡਾ ਆਉਂਦਾ ਹੋਇਆ, ਇੱਕ ਕੋਕ ਤਾਂ ਕਿਹਾ ਨੀ ਇਹਨੂੰ ਹਲੇ, ਕੋਕ ਯਾਰ ਕੋਕ ਕੀ ਤਾਂ ਲੋੜ ਨੀ, ਪਰ ਬੂਆ ਨੇ ਕਿਹਾ ਤਾਂ ਆਪਾਂ ਨੂੰ ਕੀ ਚਾਹ ਲੈ ਜਿਓ ਰਸਤੇ ਮਾ ਪੀ, ਨਾ ਨਾ ਰਸਤੇ ਮਾ ਥੋੜਾ ਢਾਬੇ ਆਪਾਂ ਚਾਹ ਪੀਵਾਂਗੇ ਰਸਤੇ ਮਾ। ਕੋਕ ਲਿਆਇਆ ਮਹਿਕ, ਠੰਡਾ ਲਿਆਇਆ, ਠੰਡਾ ਠੰਡਾ ਲਿਆਇਆ, ਇੱਕ ਲਿਆ ਬੜੀ ਬੋਤਲ। ਓਕੇ ਟੋਪੀ ਰੱਬ ਭਰਨੇ ਦੋ, ਪਹਿਲਾ ਟੋਲ ਆ ਗਿਆ ਤੇ ਅਸੀਂ ਹੁਣ ਕਰ ਰਹੇ ਹਾਂ ਚਲਾਨਾਂ ਦੀ ਗੱਲ, ਕਿਉਂਕਿ ਇਹਦਾ ਗੱਡੀ ਦਾ ਚੰਡੀਗੜ੍ਹ ਵੀ ਚਲਾਨ ਹੋਇਆ ਹੋਇਆ, ਉਹ ਹਲੇ ਭਰਨਾ ਏ। ਤੇ ਬਾਜੀ ਵਾ ਮਹਿੰਗਾ, ਇੱਧਰ ਫੋਨ ਦੀ ਟੈਸਟਿੰਗ ਕਰ ਰਿਹਾ ਏ, ਸਿਰੇ ਤੱਕ ਰੋਡ ਜਮਾ ਐਵੇਂ ਦੇ ਹੀ ਆ, ਸਾਫ ਸੁਥਰਾ ਰੋਡ। ਟਾਈਮ ਕਿੰਨਾ ਹੋ ਗਿਆ ਤੇ ਇਹ ਲੱਗੇ ਹੋਏ ਆਪਣੇ ਕੰਮੀ,
ਅਸੀਂ ਕਿੱਥੇ ਪਹੁੰਚ ਗਏ ਸਾਡੇ ਚਲੋ ਫਿਰ ਚੱਲੀਏ ਚਲੋ ਬਸ ਕਰੋ ਹੁਣ ਚੱਲੀਏ ਲੋ ਜੀ ਆਪਾਂ ਆਪਣੇ ਸਫ਼ਰ ਦੇ ਕੋਲ ਪਹੁੰਚਦੇ ਹੋਏ ਮਤਲਬ ਆਪਣੀ ਮੰਜ਼ਿਲ ਦੇ ਬਿਲਕੁਲ ਕੋਲ ਪਹੁੰਚਦੇ ਹੋਏ ਪਹਾੜ ਲੱਗ ਗਏ ਸਾਨੂੰ ਦੇਖਣ ਥੋੜ੍ਹੇ ਥੋੜ੍ਹੇ ਹੈ ਤਾਂ ਇਹ ਵੈਸੇ ਹੀ ਹੈ ਪਹਾੜਾਂ ਦਾ ਉਹ ਹੈ ਬੇਇੱਜ਼ਤੀ ਹੋਇਆ ਪਹਾੜਾਂ ਦੀ ਸੰਧੂ ਸਾਹਿਬ ਸਾਡੇ ਹੁਣ ਗੱਡੀ ਚਲਾਉਣ ਲੱਗ ਗਏ ਮੰਦਰ ਬਣਿਆ ਹੋਇਆ ਉੱਪਰ ਹਾਂ ਮਤਲਬ ਹਲੇ ਤਾਂ ਅਸੀਂ ਹਰਿਆਣੇ 'ਚ ਹੈ ਔਰ ਠੀਕ ਤਾਂ ਠੀਕ ਜਾ ਵੀ ਉਹ ਪਰ ਰੋਡ ਬਹੁਤ ਸਾਫ਼ ਹੈ ਇਹਨੂੰ ਸੋਹਣਾ ਲੱਗਦਾ ਜੀ ਓਕੇ ਹਾਂ ਇੱਧਰ ਹਰਿਆਲੀ ਚਲੋ ਕੋਈ ਗੱਲ ਨੀ ਹੁਣ ਅਸੀਂ ਅੱਗੇ ਜਾ ਰਹੇ ਹਾਂ ਤੇ ਇੱਧਰ ਲੇਸ ਚੱਲ ਰਹੇ ਪੂਰੇ ਮਾਰੋ ਮਾਰ ਤੇ ਬਸ ਹੁਣ ਅਸੀਂ ਰਸਤੇ ਥੋੜ੍ਹਾ ਜਿਹਾ ਰੁਕੇ ਤੇ ਡਰੋਨ ਡਰੋਨ ਜਿਹਾ ਡਾਣ ਲੱਗ ਗਏ ਤੇ ਬਸ ਹੁਣ 9 ਵਜੇ ਅਸੀਂ ਪਹੁੰਚ ਜਾਣਾ ਸਿਰੇ 8:55 ਤੇ ਹਲੇ ਤੱਕ ਹੋਟਲ ਨਹੀਂ ਅਸੀਂ ਬੁੱਕ ਕਰਿਆ ਉਹ ਕਰੂੰਗੇ ਨਰਨੌਲ 64 ਕਿਲੋਮੀਟਰ ਹੈ ਨਰਨੌਲ ਪਤਾ ਨਹੀਂ ਕਿਆ ਹੈ ਅਤੇ ਇੱਥੇ ਕੰਬਾਈਨਾਂ ਬਹੁਤ ਹੈ ਇਹ ਆਹ ਦੇਖੋ ਆਹ ਦੇਖੋ ਹਲੇ ਤੱਕ ਤਾਂ ਵਧੀਆ ਚੱਲ ਰਿਹਾ ਸਫ਼ਰ ਅੱਗੇ ਜਾ ਕੇ ਦੇਖਦੇ ਹਾਂ ਕਿੱਡੀ ਮਾੜੀ ਗੱਲ ਹੋਈ ਸਾਡੇ ਨਾਲ ਤੈ ਨਹੀਂ ਪੀਣਾ ਤਾਂ ਦੂਆ ਨੇ ਤਾਂ ਪੀਣਾ ਤਾਂ ਦੋ ਬੰਦੇ ਦੇ ਤੇ ਬਸ ਹੁਣ ਸਾਨੂੰ ਰਹਿ ਗਿਆ ਇੱਥੋਂ 170 ਕਿਲੋਮੀਟਰ ਤੇ 9 ਵਜੇ ਪਹੁੰਚੂਗੇ ਹੁਣ ਅਸੀਂ ਰੁਕੇ ਹਾਂ ਜੀ ਹਾਈਵੇ ਦਾ ਹੋਟਲ ਹਾਈਵੇ ਕਿੰਗ ਇਹਨਾਂ ਨੇ ਅੱਧਾ ਘੰਟਾ ਹੋ ਗਿਆ ਬੋੜੇ ਬੋਰਡ ਲਾਏ ਹੋਏ ਹੈ ਪਰ ਲੋਕੇਸ਼ਨ ਵੀ ਵਧੀਆ ਹੈ ਮਤਲਬ ਠੀਕ ਹੈ ਸੰਧੂ ਸਾਹਿਬ ਲੈਣਾ ਕੁਛ ਜੌਕੀ ਪਾ ਦੇ ਲੈਣਾ ਕੁਛ ਰੈਡ ਟੇਪ ਪਾ ਦੇ ਚਮੜਾ ਇਹਨਾਂ ਨੇ ਸਿੱਧਾ ਹੀ ਲਿਖਿਆ ਹੋਇਆ ਚਮੜਾ ਹਾਂ ਵਧੀਆ ਬਣਾਇਆ ਹੋਣਾ ਇੱਕ ਫੁਹਾਰਾ ਲਾਇਆ ਹੋਇਆ ਜਗੈਰੋ ਜਗੂਰੋ ਜਗੂਰੋ ਫਲੈਟ 70 ਪਤਾ ਨਹੀਂ ਲੀਕ ਕੋਪਰ ਲੀਕ ਕੋਪਰ ਇੱਧਰ ਪਤਾ ਨਹੀਂ ਕਿਹੜੇ ਬਰਫ ਵਾਲੇ ਦੇਸ਼ ਮਾਈ ਵੀ ਇਸੇ ਤਰ੍ਹਾਂ ਕੋਈ ਜੈਕਟਾਂ ਪਾਈਆਂ ਹੋਈਆਂ ਇੰਨੀ ਤਾਂ ਠੰਡ ਵੀ ਨਹੀਂ ਹੈ ਰੱਖੂ ਗੱਡੀ ਮੈਂ ਰੱਖੀ ਜਾਂਦੀ ਤੇ ਇਹ ਜੀ ਹੋਟਲ ਰੈਸਟੋਰੈਂਟ ਦੀ ਐਂਟਰੈਂਸ ਸੋਹਣਾ ਹੈ ਤੇ ਆਪਾਂ ਐਸ ਯੂਜ਼ੁਅਲ ਆਪਣੀ ਫੇਵਰੇਟ ਚੀਜ਼ ਮੰਗਾ ਲਈ ਹੈ ਤੇ ਇੱਧਰ ਲੋਕ ਬਹੁਤ ਔਖਾ ਡਿਸਾਈਡ ਕਰੇ ਇਹਨਾਂ ਨੇ ਦੋ ਜਣਿਆਂ ਨੇ ਵੀ ਕਿਆ ਖਾਣਾ ਪਰ ਆਪਣੀ ਚੀਜ਼ ਤਾਂ ਪਹਿਲਾਂ ਹੀ ਆ ਗਈ ਹੁਣ ਟੇਸਟ ਕਰਦੇ ਹਾਂ ਅਤੇ ਦੱਸਦੇ ਹਾਂ ਵੀ ਕਿਵੇਂ ਦਾ ਟੇਸਟ ਤਾਂ ਹਾਈਵੇ 'ਤੇ ਰੁਕਣਾ ਚਾਹੀਦਾ ਹਾਈਵੇ ਕਿੰਗ ਜਾਂ ਨਹੀਂ ਸੋ ਹੁਣ ਅਸੀਂ ਰੇਟਿੰਗ ਦੇਣ ਜਾ ਰਹੇ ਹਾਂ ਬੈਸਟ ਅਸੀਂ ਕੌਣ ਹੁੰਦੇ ਹਾਂ ਰੇਟਿੰਗ ਦੇਣ ਵਾਲੇ ਪਰ ਸਾਨੂੰ ਵਧੀਆ ਨਹੀਂ ਲੱਗਿਆ ਖਾਣਾ ਪਤਾ ਨਹੀਂ ਸਾਡਾ ਠੀਕ ਠੀਕ ਜ਼ਿਆਦਾ ਕਿਉਂਕਿ ਪਤਾ ਨਹੀਂ ਸਾਡਾ ਟੇਸਟ ਪੰਜਾਬ ਵਾਲਾ ਪਤਾ ਨਹੀਂ ਯੂਕੇ ਵਾਲਾ ਸਾਨੂੰ ਸਮਝ ਨਹੀਂ ਆ ਰਹੀ ਹੈ ਪਰ ਸਾਨੂੰ ਵਧੀਆ ਨਹੀਂ ਲੱਗਿਆ ਟੇਸਟੀ ਨਹੀਂ ਸੀ 10 ਚੋਂ 5 ਮਤਲਬ ਖਾਣੇ ਲਾਇਕ ਸੀ ਪਰ ਟੇਸਟੀ ਨਹੀਂ ਸੀ ਅਤੇ ਹੁਣ ਚੱਲਦੇ ਹਾਂ ਆਪਾਂ ਆਪਣੇ ਸਫ਼ਰ ਵੱਲ ਬਸ ਕੋਈ ਨਹੀਂ ਬਾਈ ਥੈਂਕ ਯੂ ਅਤੇ ਇੱਧਰ ਬਾਈ ਸਲੂਟ ਮਾਰ ਰਿਹਾ ਪੈਸੇ ਪੈਸੇ ਸੋ ਇਹ ਹੈ ਜੀ ਆਪਣਾ ਹੋਟਲ ਅਤੇ ਮੇਰੀ ਟੀਮ ਟਲੇ ਹੋਏ ਚਿਹਰਿਆਂ ਤੋਂ ਆਏ ਨਾ ਸਮਝੋ ਕਿ ਖੁਸ਼ ਨਹੀਂ ਹੈ ਇਹ ਬਹੁਤ ਜ਼ਿਆਦਾ ਖੁਸ਼ ਹੈ ਅਤੇ ਚਲੀਏ ਚਲੋ ਬਹਿ ਜਾਓ ਇੱਥੇ ਰਾਜਸਥਾਨ 'ਚ
ਗਵਾਂਢੀ ਵੀ ਆਏ ਹੋਏ ਆ, ਪਤਾ ਨਹੀਂ ਕਿੱਥੋਂ ਆਏ ਆ। ਸੋ ਮਾਰਨਿੰਗ ਹੋ ਗਈ ਜੀ ਆਪਣੀ ਗੁੱਡ, ਤੇ ਰਾਤ ਆਪਾਂ ਬਸ ਪੈ ਗਏ ਤੇ ਤੇ ਹੁਣ ਤੁਹਾਨੂੰ ਮਾਰਨਿੰਗ ਦਾ ਵਿਊ ਦਿਖਾਉਂਦੇ ਆ। ਪੂਰਾ ਸ਼ਾਂਤਮਈ ਮਾਹੌਲ ਹੋਇਆ ਹੋਇਆ, ਬਸ ਹੁਣ ਨਿਕਲਦੇ ਆ, ਬੈਗ ਚੱਕ ਲਈਏ ਗੱਡੀ ਚੋਂ। ਤੇ ਇਹ ਪੁਰਾਣੇ ਟਾਈਮ ਦੀ ਉੱਥੇ ਲਿਫਟ ਲੱਗੀ ਹੋਈ, ਖਤਰਨਾਕ ਹੈ ਕੰਮ। ਤੇ ਇਹ ਘੜੀ ਆਪਣੀ ਸਾਈਡ 'ਚ ਇਹਨਾਂ ਨੇ ਲਾਈ ਹੋਈ ਹੈ ਗੱਡੀ। ਕਬਾੜ ਦੇਖ ਲਓ, ਸਮਾਨ ਸਮਾਨ ਚੱਕ ਕੇ ਚੱਲਦੇ ਬਸ ਉੱਪਰ ਨੂੰ। ਸੋ ਸਾਡਾ ਬੰਦਾ ਸਾਨੂੰ ਚਾਹ ਲੈ ਕੇ ਆ ਰਿਹਾ ਹੈ। ਕਹੋ ਸਰ, ਗੁੱਡ ਮਾਰਨਿੰਗ। ਸਰ ਗੁੱਡ ਮਾਰਨਿੰਗ, ਹੇਅਰਸ ਯੋਰ ਟੀ? ਇਟਸ ਯੋਰ ਟੀ, ਹੇਅਰਸ ਚੁੱਕੋ, ਚੱਕਦੇ ਹਾਂ। ਆਪਾਂ ਤਿਆਰ ਹੋ ਗਏ ਨਿਕਲਣ ਵਾਸਤੇ, ਚਲੋ ਚੱਲੀਏ, ਮਿਲਦੇ ਆ ਤੁਹਾਨੂੰ ਅਗਲੇ ਸਫ਼ਰ ਤੇ। ਮੁੰਡੇ ਨੂੰ ਇੱਕ ਨਵੀਂ ਗੱਲ ਪਤਾ ਲੱਗੀ। ਖੜੀ ਹੈ ਸਾਡੀ ਗੱਡੀ, ਤੇ ਇਹ ਸੀਗਾ ਹੋਟਲ ਜਿੱਥੇ ਅਸੀਂ ਰੁਕੇ ਸੀਗੇ। ਤੇ ਇੱਕ ਚੀਜ਼ ਬਹੁਤ ਸੋਹਣੀ ਲੱਗੀ ਮੈਨੂੰ ਕਿ ਇੱਥੇ ਨਾ ਉਹ ਡੋਗ ਲਈ ਕਿਸੇ ਨੇ ਸ਼ੈਲਟਰ ਬਣਾਇਆ ਹੋਇਆ ਘਰ ਦੇ ਬਾਹਰ। ਸੋਹਣਾ ਬਣਾਇਆ ਹੋਇਆ ਪੇਂਟ ਪੂੰਟ ਕਰਕੇ। ਮੈਂ ਕੱਢਾ ਵਿਵੇਕ ਦੀ ਹਾਸੀ ਆਈ ਇਹ ਸੁਣ ਕੇ, ਜਦੋਂ ਮੈਂ ਕਿਹਾ ਕਿ ਗੱਡੀ ਮੈਂ ਕੱਢਾ।